ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਅਣਖ ਦੇ ਨਾਲ। ਅੱਜ ਸਾਡੇ ਪਿੰਡ ਬੰਗੀ ਰੁਗੂ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਇਕੱਠ ਕੀਤਾ ਗਿਆ, ਜਿਸ ਵਿੱਚ ਪਿੰਡ ਦੇ ਨੌਜਵਾਨ ਅਤੇ ਪਤਵੰਤੇ ਸੱਜਣ ਸ਼ਾਮਿਲ ਹੋਏ। ਦੇਰ ਆਏ ਦਰੁਸਤ ਆਏ, ਬਹੁਤ ਵਧੀਆ ਉਪਰਾਲਾ ਕੀਤਾ ਪਿੰਡ ਨੇ, ਜੋ ਨਸ਼ਿਆਂ ਦੇ ਖਿਲਾਫ ਅੱਜ ਇਕੱਠ ਕੀਤਾ ਗਿਆ। ਇਸ ਇਕੱਠ ਕਰਨ ਦਾ ਮਕਸਦ ਨਸ਼ਿਆਂ ਖਿਲਾਫ ਪਿੰਡ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਹੈ। ਆਓ ਆਪਾਂ ਰਲ ਮਿਲ ਕੇ ਇੱਦਾਂ ਦੇ ਉਪਰਾਲੇ ਪਿੰਡਾਂ ਵਿੱਚ ਕਰੀਏ, ਤਾਂ ਜੋ ਪੰਜਾਬ ਨੂੰ ਨਸ਼ਿਆਂ ਦੇ ਹਾਲਤ ਵਿੱਚ ਰੁੜਨ ਤੋਂ ਬਚਾ ਸਕੀਏ। ਸਾਨੂੰ ਪੂਰੀ ਉਮੀਦ ਹੈ ਕਿ ਨਗਰ ਸਾਡੇ ਇਸ ਕੰਮ ਵਿੱਚ ਨਾਲ ਖੜਾ ਹੋਵੇਗਾ। ਸਾਰੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਅਸੀਂ ਜਿੰਨੇ ਵੀ ਨੌਜਵਾਨ ਅਤੇ ਬਜ਼ੁਰਗ ਸਾਡੇ ਇੱਥੇ ਗੁਰਦੁਆਰਾ ਸਾਹਿਬ 'ਚ ਅੱਜ ਪਹੁੰਚੇ ਆ। ਇੱਥੇ ਸਾਡਾ ਪਹੁੰਚਣ ਦਾ ਮੇਨ ਮਕਸਦ ਚਿੱਟੇ ਦੇ ਵਿਰੁੱਧ ਅਸੀਂ ਜੋ ਕਮੇਟੀ ਚੁਣੀ ਹੈਗੀ, ਅਸੀਂ ਪੁਰਜ਼ੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਅਤੇ ਨਗਰ ਨਿਵਾਸੀਆਂ ਤੋਂ ਵੀ ਸਾਡਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ, ਜੋ ਕਿ ਇਹਦੇ ਚਿੱਟੇ 'ਤੇ ਨਕੇਲ ਕਸੀ ਜਾਵੇ। ਅਤੇ ਅਸੀਂ ਸਾਡੇ ਪਿੰਡ ਦੇ ਵੀ ਜੋ ਕੋਈ ਦੋ ਚਾਰ ਬੰਦੇ ਕੰਮ ਕਰਦੇ ਆ ਚਿੱਟੇ ਦਾ ਵੇਚਣ ਦਾ ਕੰਮ ਕਰਦੇ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਵੀ ਜੋ ਉੱਥੋਂ ਗਲਤੀ ਹੋ ਗਈ ਠੀਕ ਆ, ਅੱਜ ਤੋਂ ਬਾਅਦ ਇਹ ਕੰਮ ਨਾ ਚਿੱਟਾ ਵੇਚਣਾ ਬੰਦ ਕਰ ਦੇਣਾ। ਇਹਦੇ 'ਚ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਾਂਗੇ ਵੀ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਵੱਲੋਂ ਵੀ ਕੀਤੀ ਜਾਊਗੀ। ਅਤੇ ਅਸੀਂ ਜੋ ਵੀ ਸਾਡੇ ਨੰਗਰ ਦੇ ਆਸੇ ਪਾਸੇ ਦੇ ਪਿੰਡ ਲੱਗਦੇ ਆ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜੇ ਕੋਈ ਸਾਡੇ ਪਿੰਡ ਦੇ ਵਿੱਚ ਕੋਈ ਚਿੱਟਾ ਵੇਚਣ ਵਾਲਾ, ਕੋਈ ਬਾਹਰ ਦਾ ਬੰਦਾ ਕੋਈ ਫੜਿਆ ਗਿਆ ਜਾਂ ਕੋਈ ਪੀਣ ਵਾਲਾ ਫੜਿਆ ਗਿਆ, ਉਹ 'ਤੇ ਅਸੀਂ ਆਪਣੇ ਤੌਰ 'ਤੇ ਕਾਰਵਾਈ ਕਰਾਂਗੇ। ਅਤੇ ਸਾਡੀ ਨੰਗਰ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ, ਚਲੋ ਕੰਮ ਧੰਦਿਆਂ ਦੇ ਰੁਝੇਵਾਂ ਦੇ ਕਾਰਨ ਜੋ ਨਹੀਂ ਪਹੁੰਚ ਸਕੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਅਸੀਂ ਕੋਈ 5-7 ਦਿਨਾਂ ਤੱਕ ਫਿਰ ਵੀ ਦੁਬਾਰਾ ਇਕੱਠ ਰੱਖਿਆ ਜਾਊਗਾ ਅਤੇ ਵੱਧ ਤੋਂ ਵੱਧ ਵੀ ਲੋਕ ਇਹਦੇ ਵਿੱਚ ਸਹਿਯੋਗ ਦੇਣ। ਜਿੱਥੇ ਵੀ ਕੋਈ ਕਿਸੇ ਨੂੰ ਕੋਈ ਸ਼ੱਕ ਆ, ਕੋਈ ਚਿੱਟਾ ਲਾਉਣ ਵਾਲਾ ਬੰਦਾ ਕੋਈ ਆਪਣੇ ਪਿੰਡ 'ਚ ਫਿਰਦਾ ਜਾਂ ਕੋਈ ਚਿੱਟਾ ਵੇਚਣ ਵਾਲਾ ਫਿਰਦਾ, ਜਿਹੜੇ ਵੀ ਆਪਣੇ ਅੱਜ ਗੁਰਦੁਆਰਾ ਸਾਹਿਬ 'ਚ ਕਮੇਟੀ ਬਣੀ ਆ, ਸਭ ਦੇ ਨੰਬਰ ਦਿੱਤੇ ਗਏ ਆ, ਉਹਨਾਂ 'ਤੇ ਸੰਪਰਕ ਕਰਕੇ ਸਾਨੂੰ ਦੱਸ ਸਕਦਾ ਗਾ। ਅਤੇ ਅਸੀਂ ਦੁਬਾਰਾ ਫਿਰ ਧੰਨਵਾਦ ਕਰਦੇ ਹਾਂ ਜਿੰਨੇ ਵੀ ਨੌਜਵਾਨ ਅਤੇ ਬਜ਼ੁਰਗ ਸਾਡੇ ਇੱਥੇ ਪਹੁੰਚੇ ਆ, ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਅਸੀਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਜ਼ਿਆਦਾ ਜੋ ਵੀ ਪਿੰਡ ਦੇ ਨੌਜਵਾਨ ਅਤੇ ਬਜ਼ੁਰਗ ਗੁਰਦੁਆਰਾ ਸਾਹਿਬ ਬੰਗੀ ਰੁਗੂ ਵਿਖੇ ਪਹੁੰਚੇ ਹਨ। ਇਹ ਸਾਡਾ ਇੱਥੇ ਇਕੱਠ ਕਰਨ ਦਾ ਮੇਨ ਮੁੱਦਾ ਨਸ਼ਾ। ਸਾਡੇ ਪਿੰਡ ਦੇ ਵਿੱਚ ਚਿੱਟੇ ਦਾ ਬਹੁਤ ਜ਼ਿਆਦਾ ਬੋਲਬਾਲਾ ਗਾ, ਉਹਨੂੰ ਅਸੀਂ ਬੰਦ ਕਰਨ ਦੇ ਸੰਬੰਧ ਵਿੱਚ ਅੱਜ ਕਮੇਟੀ ਬਣਾਈ ਆ। ਅਤੇ ਅਸੀਂ ਹੋਰ ਵੀ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਇਸ ਚਿੱਟੇ ਦੇ ਸੰਬੰਧ ਦੇ ਵਿੱਚ ਸਾਡਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਕਿਸੇ ਤੋਂ ਕੋਈ, ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ, ਕਿਸੇ ਤੋਂ ਡਰਨ ਦੀ ਲੋੜ ਨਹੀਂ, ਕਿਸੇ ਤੋਂ ਝਿਪਣ ਦੀ ਲੋੜ ਨਹੀਂ। ਜੇ ਕੋਈ ਤੁਹਾਨੂੰ ਕਿਤੇ ਵੀ ਕੋਈ ਲੱਗਦਾ ਆਪਣੇ ਪਿੰਡ ਦਾ ਬੰਦਾ ਜਾਂ ਕੋਈ ਬਾਹਰ ਦਾ ਬੰਦਾ ਆਪਣੇ ਪਿੰਡ ਦੇ ਵਿੱਚ ਆ ਕੇ ਚਿੱਟਾ ਵੇਚਦਾ, ਤਾਂ ਸਾਨੂੰ ਜੋ ਵੀ ਅਸੀਂ ਕਾਰਵਾਈ ਰਜਿਸਟਰ ਲਾਇਆ ਗਾ ਉਹਦੇ ਉੱਤੇ ਸਾਡੇ ਨੰਬਰ ਲਿਖੇ ਹੋਏ ਆ, ਸਾਡੇ ਨਾਲ ਸੰਪਰਕ ਕਰ ਸਕਦਾ। ਕਿਸੇ ਤੋਂ ਡਰਨ ਦੀ ਲੋੜ ਨਹੀਂ, ਕਿਸੇ ਤੋਂ ਝਿਪਣ ਦੀ ਲੋੜ ਨਹੀਂ। ਜੇ ਕੋਈ ਤੁਹਾਨੂੰ ਕਿਤੇ ਵੀ ਕੋਈ ਲੱਗਦਾ ਆਪਣੇ ਪਿੰਡ ਦਾ ਬੰਦਾ ਜਾਂ ਕੋਈ ਬਾਹਰ ਦਾ ਬੰਦਾ ਆਪਣੇ ਪਿੰਡ ਦੇ ਵਿੱਚ ਆ ਕੇ ਚਿੱਟਾ ਵੇਚਦਾ, ਤਾਂ ਸਾਨੂੰ ਜੋ ਵੀ ਅਸੀਂ ਕਾਰਵਾਈ ਰਜਿਸਟਰ ਲਾਇਆ ਗਾ ਉਹਦੇ ਉੱਤੇ ਸਾਡੇ ਨੰਬਰ ਲਿਖੇ ਹੋਏ ਆ, ਸਾਡੇ ਨਾਲ ਸੰਪਰਕ ਕਰ ਸਕਦਾ। ਅਤੇ ਅਸੀਂ ਜਿਹੜੇ ਵੀ ਬੰਦੇ ਸਾਡੇ ਪਿੰਡ ਦੇ ਚਿੱਟਾ ਵੇਚਦੇ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਅੱਜ ਤੋਂ ਪਹਿਲਾਂ ਜੋ ਵੀ ਤੁਸੀਂ ਕੁਛ ਕਰ ਲਿਆ ਬਸ ਠੀਕ ਆ, ਅਤੇ ਇਸ ਤੋਂ ਬਾਅਦ ਚਿੱਟਾ ਵੇਚਣਾ ਬੰਦ ਕਰ ਦੇਣਾ। ਉਹਨਾਂ 'ਤੇ ਕਾਨੂੰਨੀ ਕਾਰਵਾਈ ਵੀ ਹੋਊਗੀ ਅਤੇ ਜੇ ਲੋੜ ਪਈ ਤਾਂ ਕੋਈ ਪਿੰਡ ਵੱਲੋਂ ਵੀ ਕਾਰਵਾਈ ਕੀਤੀ ਜਾਊਗੀ। ਪ੍ਰਸ਼ਾਸਨ ਨੂੰ ਉਹਨਾਂ ਦੇ 22 ਨਿਯਮ ਦਿੱਤੇ ਜਾਣਗੇ ਅਤੇ ਕੱਲ੍ਹ ਨੂੰ ਕੋਈ ਬੰਦਾ ਇਤਰਾਜ਼ ਨਾ ਕਰੇ ਵੀ ਸਾਡਾ ਤੁਸੀਂ ਨਾਂ ਜਨਤਕ ਕਰਤਾ, ਇਹੀ ਸਾਡੀ ਬੇਨਤੀ ਹੈ। ਬਾਕੀ ਆਸੇ ਪਾਸੇ ਦੇ ਪਿੰਡਾਂ 'ਚ ਵੀ ਅਸੀਂ ਅਨਾਊਂਸਮੈਂਟਾਂ ਕਰਵਾਵਾਂਗੇ ਵੀ ਜਿਹੜਾ ਵੀ ਕੋਈ ਚਿੱਟਾ ਵੇਚਣ ਵਾਲਾ ਜਾਂ ਕੋਈ ਚਿੱਟਾ ਪੀਣ ਵਾਲਾ ਸਾਡੇ ਪਿੰਡ ਦੇ ਵਿੱਚ ਨਾ ਆਵੇ, ਜੇ ਕੋਈ ਅਸੀਂ ਬੰਦਾ ਫੜ ਲਿਆ ਤਾਂ ਉਹ ਆਪਦਾ ਜ਼ਿੰਮੇਵਾਰ ਆਪ ਹੋਵੇਗਾ। ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਹਾਂ ਵੀ ਇਹ ਚਿੱਟੇ ਦੇ ਸੰਬੰਧ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ। ਅਤੇ ਨੰਗਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਸਾਡੀਆਂ ਮਾਂਗਾਂ ਬੀਬੀਆਂ ਨੂੰ ਵੀ ਬੇਨਤੀ ਕਰਦੇ ਹਾਂ, ਨੰਗਰ ਨਿਵਾਸੀ ਨੌਜਵਾਨ ਬਜ਼ੁਰਗ ਜੋ ਵੀ ਭੈਣ ਭਾਈ ਆ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ, ਜੇ ਕਿਤੇ ਵੀ ਤੁਹਾਨੂੰ ਕੋਈ ਲੱਗਦਾ ਗਾ ਕਿਤੇ ਪਿੰਡ ਦੇ ਵਿੱਚ ਕਿਸੇ ਗਲੀ 'ਚ ਕਿਤੇ ਵੀ ਚਿੱਟਾ ਕੋਈ ਬੰਦਾ ਵੇਚ ਰਿਹਾ, ਉਹਨਾਂ ਦਾ ਸਾਨੂੰ ਜ਼ਰੂਰ ਦੱਸਿਆ ਜਾਵੇ, ਕਿਸੇ ਤੋਂ ਕੋਈ ਡਰਨ ਦੀ ਲੋੜ ਨਹੀਂ ਗੀ। ਕਮੇਟੀ ਪਿੰਡ ਦੇ ਵਿੱਚ ਬਣ ਚੁੱਕੀ ਹੈ, ਇਸ ਦੇ ਸੰਬੰਧ 'ਚ ਫਿਰ ਵੀ ਜਿੱਦੇ ਵੀ ਸਾਡਾ ਟਾਈਮ ਲੱਗਿਆ ਆਉਣ ਵਾਲੇ 5-7 ਦਿਨਾਂ ਦੇ ਵਿੱਚ ਵੱਡਾ ਇਕੱਠ ਰੱਖਿਆ ਜਾਊਗਾ ਗੁਰਦੁਆਰਾ ਸਾਹਿਬ 'ਚ। ਅਤੇ ਅਸੀਂ ਵਾਰ ਵਾਰ ਚਿੱਟਾ ਵੇਚਣ ਵਾਲਿਆਂ ਨੂੰ ਅਪੀਲ ਕਰਦੇ ਹਾਂ ਵੀ ਚਿੱਟਾ ਵੇਚਣਾ ਬੰਦ ਕਰ ਦੇਣ, ਅਤੇ ਅਸੀਂ ਫਿਰ ਆਪਦੇ ਤੌਰ 'ਤੇ ਵੀ ਕਰਵਾਵਾਂਗੇ, ਪ੍ਰਸ਼ਾਸਨ ਤੋਂ ਵੀ ਕਰਵਾਵਾਂਗੇ।
ਸਾਡੇ ਅਸੀਂ ਜੋ ਵੀ ਕਮੇਟੀ ਬਣੀ ਆ ਉਹਨਾਂ ਦੇ ਅਸੀਂ ਨੰਬਰ ਵੀਡੀਓ 'ਚ ਵੀ ਪਾਵਾਂਗੇ, ਅਸੀਂ ਨੰਬਰ ਉਹਨਾਂ ਦੇ ਕਾਪੀਆਂ ਕਢਾ ਕੇ ਜਿਵੇਂ ਬੱਸ ਸਟੈਂਡ ਆ ਸਾਡਾ ਪਿੰਡ ਦੀਆਂ ਫਿਰਨੀਆਂ ਕੋਈ ਉੱਥੇ ਵੀ ਅਸੀਂ ਨੰਬਰ ਲਾਵਾਂਗੇ। ਕਦੋਂ ਵੀ ਸਾਨੂੰ ਚਾਹੇ ਕੋਈ ਰਾਤ ਨੂੰ 12 ਵਜੇ ਵੀ ਸਾਡੇ ਨਾਲ ਸੰਪਰਕ ਕਰਦਾ ਅਸੀਂ ਹਾਜ਼ਰ ਖੜੇ ਹੋਵਾਂਗੇ। ਅਤੇ ਜੋ ਵੀ ਵੀਡੀਓ ਦੇਖਣ ਵਾਲੇ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਾਡਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ। ਅਤੇ ਇਹ ਬਹੁਤ ਹੀ ਇੱਕ ਖਤਰਨਾਕ ਮੁੱਦਾ ਗਾ, ਜਿਹੜੇ ਨੌਜਵਾਨ ਪੀੜ੍ਹੀ ਦਿਨੋਂ ਦਿਨ ਖਤਮ ਹੁੰਦੀ ਜਾ ਰਹੀ ਆ, ਅਤੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਵੀ ਵੱਧ ਤੋਂ ਵੱਧ ਸਾਥ ਦਿਓ।